मेरे साहिबा तेरे चोग में डाना। जल थल मैयल भरपुर लीना, आपे सर्व समाना, मेरे साहिबा तेरे चोज विडाना। वड्डे मेरे साहिबा वड्डे मेरे साहिबा गहर गंभीरा गुणी गहीरा, कोई ना जाने कोई ना जाने तेरा केता के वडचीरा तेरे चोज धरती पुण पानी आसन चार कुंट चौबारा, वड्डा साहिब वड्डा साहिब ऊंचा था चार कुंट चौबारा, मेरा दिल की तस्वीर क्योंकि असी देह दा नहीं शब्द दा पुरब मना रहे हैं। देह दे इतिहास संबंधी बड़े शंके ने ते मैं एक बात की थी सी बाबे कालू दे कल्याण दास दे माता त्रिपता दे घर देह ने जन्म लिया है। बाणी ने भी बनिया है कि माता पिता देह नु जन्म दिंदे ने, मिल मात पिता पिंड घुमाया ते उस देह दा नाम नानक भी माता पिता ने रखिया। पर गुरु जेड़ा है मेरज की तीसी गुरु दे जन्म दा मसला कोई नहीं, गुरु जमदा नहीं गुरु मतलब नहीं। पिछले दिनों में भी ये विचार आई सी गुरु मरदा नहीं गुरु जमदा नहीं, सतगुरु मेरा सदा सदा ना आवे ना जाए, ओ अविनाशी पुरख है। इसलिए उन्दे जमन दी उन्दे जन्म दी कोई तारीख गुरु दी निश्चित नहीं कीती जा सकती। देह दा पुरब मनाना भी कोई गुनाह नहीं क्योंकि सतगुरु ने बाणी विच देह नू भी महान आख्या है जिंदे विच गुरु जोत टिक टिकदी है। सतगुरु कहिंदे ने सतगुरु बाणी विच कहिंदे तन तन सुहावा सो शरीर थान है, ਉਹ ਸਰੀਰ ਥਾਨ ਵੀ ਪਵਿੱਤਰ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਜਿੱਥੇ ਮੇਰਾ ਗੁਰੂ ਆਪਣੀ ਜੋਤ ਵਿਖਾ ਵਸਤੂ ਟਿਕਾਉਂਦਾ ਹੈ ਪਵਿੱਤਰ ਜਾਣ ਕੇ ਯੋਗ ਜਾਣ ਕੇ।
ਔਰ ਜਦੋਂ ਅੱਗੇ ਵੀ ਉਹ ਚੱਲੀ ਹੈ ਨਾ ਜੋਤ, ਉਦੋਂ ਵੀ ਮਸਲਾ ਇਹੋ ਹੀ ਆਇਆ ਕਿ ਸਿੱਖਾਂ ਪੁੱਤਰਾਂ ਕੋਖ ਕੇ ਸਭ ਉਮਤ ਵੇਖੇ ਜੇ ਕਿਉਂ ਜਾਂ ਸੁਦੋਸ ਤਾਂ ਲੈ ਨਾ ਟਿੱਕਿਓਂ, ਕਿਉਂਕਿ ਇੱਥੇ ਮਸਲਾ ਸਰੀਰ ਦੀ ਸਥਾਨ ਦਾ ਜਿਹੜਾ ਉਹ ਵੀ ਪਵਿੱਤਰਤਾ ਨੂੰ ਮਾਇਨੇ ਰੱਖਦਾ ਹੈ। ਇਸ ਲਈ ਉਹਦਾ ਪੁਰਬ ਮਨਾਉਣਾ ਕੋਈ ਗੁਨਾਹ ਨਹੀਂ, ਪਰ ਗੁਰੂ ਆਖ ਕੇ ਨਹੀਂ, ਗੁਰੂ ਸਮਝ ਕੇ ਨਹੀਂ, ਕਿਉਂਕਿ ਗੁਰੂ ਨਾ ਜਨਮਦਾ ਨਾ ਮਰਦਾ। ਚਲੋ ਖੈਰ, ਮੈਂ ਅੱਜ ਇਸ ਵਿਸਤਾਰ ਵਿੱਚ ਨਾ ਜਾਵਾਂ। ਅਸੀਂ ਸਾਰੇ ਇਕੱਤਰ ਹੋਏ ਹਾਂ ਤੇ ਮੇਰਾ ਮਨ ਚਾਹਿਆ ਸੀ ਆਪਾਂ ਦੇਹ ਦੀ ਬਜਾਏ ਇਤਿਹਾਸ ਹਿਸਟਰੀ ਦੀ ਬਜਾਏ, ਕਿਉਂਕਿ ਦੇਹ ਦੀ ਹਿਸਟਰੀ ਬਣਦੀ ਹੈ, ਦੇਹ ਦੀ ਸਾਖੀ ਬਣਦੀ ਹੈ, ਕਿਉਂਕਿ ਦੇਹ ਜੋ ਕੁਝ ਕਰਦੀ ਹੈ ਉਹ ਇਤਿਹਾਸ ਬਣਦਾ ਹੈ। ਤੇ ਮੈਂ ਅਰਜ਼ ਕੀਤੀ ਸੀ ਸ਼ਬਦ ਹੈ ਸਿੱਖਿਆ, ਸਿੱਖਿਆ ਸਾਖੀ ਨਹੀਂ ਹੁੰਦੀ। ਤੇ ਅੱਜ ਅਸੀਂ ਗੁਰੂ ਨਾਨਕ ਦੀ ਦੇਹ ਦਾ ਇਤਿਹਾਸ ਵਾਚਣ ਦੀ ਬਜਾਏ ਆਪਾਂ ਗੁਰੂ ਨਾਨਕ ਦੇ ਸ਼ਬਦ ਨੂੰ ਵਾਚੀਏ। ਬਸ ਇਹ ਸੋਚ ਕੇ ਫੈਸਲਾ ਕੀਤਾ ਸੀ ਕਿ ਅੱਜ ਅਸੀਂ ਇਤਿਹਾਸਕ ਵਿਸਥਾਰ ਵਿੱਚ ਨਹੀਂ, ਕਿਉਂਕਿ ਅਸੀਂ ਦੇਹ ਦਾ ਪੁਰਬ ਨਹੀਂ ਮਨਾ ਰਹੇ। ਉਹ ਪੁਰਬ ਜੇ ਹੈ ਤਾਂ ਵਿਸਾਖ ਦਾ ਹੈ, ਉਹ ਆਪਾਂ ਵਿਸਾਖੀ ਨੂੰ ਮਨਾਉਣਾ ਹੈ। ਅੱਜ ਅਸੀਂ ਗੁਰੂ ਨਾਨਕ ਦੇ ਰਸਨਾਂ ਤੋਂ ਕਹੇ ਹੋਏ ਵਿਚਾਰ, ਸੇਧ, ਸਿਧਾਂਤ, ਸ਼ਬਦ ਦੀ ਵਿਚਾਰ ਕਰਨੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੈ, ਪਹਿਲੇ ਜਾਮੇ ਦਾ ਸ਼ਬਦ ਹੈ ਰਾਗ ਸੋਰਠ ਵਿੱਚ। ਇਹਦੇ ਵਿੱਚ ਜਿਹੜਾ ਮਸਲਾ ਗੁਰੂ ਨਾਨਕ ਨੇ ਛੇੜਿਆ ਹੈ ਉਹ ਸਭ ਤੋਂ ਸ੍ਰੇਸ਼ਟ ਜਿਹੜਾ ਗੁਰੂ ਨਾਨਕ ਦੇ ਵਿਚਾਰਧਾਰਾ ਵਿੱਚ ਥਾਂ ਘਰ ਬਣਾਈ ਬੈਠਾ ਸੀ ਉਸ ਮਸਲੇ ਦਾ ਜ਼ਿਕਰ ਹੈ, ਉਹ ਹੈ ਇੱਕ। ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਕਈ ਵਾਰ ਕਹਿੰਦਾ ਉਹਦਾ ਆਰੰਭ ਹੀ ਗੁਰੂ ਨਾਨਕ ਨੇ ਇੱਕ ਤੋਂ ਕੀਤਾ ਹੈ। ਗੁਰੂ ਨਾਨਕ ਦਾ ਸਮਾਜ ਵਿੱਚ ਸੰਸਾਰ ਵਿੱਚ ਇੱਕ ਪੈਗਾਮ ਉਹ ਏਕੇ ਨਾਲ ਸ਼ੁਰੂ ਹੁੰਦਾ ਹੈ। ਕਹਿੰਦੇ ਨੇ ਰੱਬ ਬਹੁਤੇ ਨਹੀਂ, ਮੈਂ ਇੱਕ ਨੂੰ ਪੂਜਣਾ, ਇੱਕੋ ਜਪ, ਇੱਕੋ ਸਲਾਹ, ਇੱਕ ਸਿਮਰ, ਇੱਕੋ ਮਨਾਹ। ਇਸ ਲਈ ਇੱਕ ਦੀ ਗੱਲ ਗੁਰੂ ਨਾਨਕ ਨੇ ਜਦੋਂ ਕੀਤੀ ਇਸ ਸ਼ਬਦ ਵਿੱਚ ਤੇ ਬੜਾ ਖੁਲਾਸਾ ਕੀਤਾ। ਲਓ ਹੁਣ ਆਪਾਂ ਇਸ ਸ਼ਬਦ ਨੂੰ ਜ਼ਰਾ ਦੁਬਾਰਾ ਤੁਕਾਂ ਨੂੰ ਸਮਝ ਲਈਏ। ਮੇਰੇ ਸਾਹਿਬਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਅਕਾਲ ਪੁਰਖ ਤੇਰੇ ਅਜੀਬ ਕਿਸਮ ਦੇ ਕ੍ਰਿਸ਼ਮੇ, ਵਿਚਾਰਾਂ, ਕਰਤੱਵ, ਖੇਡ, ਚੋਜ ਜਿਹੜੇ ਸਮਝਣ ਦੇ ਯੋਗ ਨੇ, ਸਾਡੇ ਲਈ ਜ਼ਰੂਰੀ ਨੇ। ਤੂੰ ਸਾਰੇ ਬ੍ਰਹਿਮੰਡ ਦਾ ਮਾਲਕ ਹੈ ਤੇ ਨਰਾ ਮਾਲਕ ਨਹੀਂ ਉਹਦੇ ਵਿੱਚ ਵੱਸ ਰਿਹਾ ਤੇ ਲਫ਼ਜ਼ ਕੀ ਵਰਤਦੇ ਨੇ, ਧਰਤੀ ਉੜ ਪਾਣੀ ਆਸਨ ਚਾਰ ਕੁੰਟ ਚੌਬਾਰਾ, ਇੱਕ ਧਰਤੀ, ਧਰਤੀ ਦੇ ਥੱਲੇ ਪਾਣੀ, ਤਿੰਨ ਲੋਕ ਮੰਨੇ ਜਾਂਦੇ ਨੇ, ਪਤਾਲ ਲੋਕ, ਮਾਤ ਲੋਕ ਤੇ ਆਕਾਸ਼ ਲੋਕ।
तीन लोक जय जय करे रे नाम सतनाम। बचित्र नाटक ने भी आख दिता तीन लोक शास्त्र भी मनता है। गुरु कहंदे ने मैं अकाल पुरख नू मुखातिब कर क्योंकि मेरा संबंध अकाल पुरख नाल है, किसी देवी देवते नाल नहीं। ते उनकी रिहायश तिन्ना ही लोकां विच है। ते उच्चा आसन है उनका मोहन तेरे ऊचे मंदिर, ते घर अंदर सब तो उच्चा जेड़ा टिकाणा ਹੁੰਦਾ ਹੈ ਉਹਨੂੰ ਚੌਬਾਰਾ ਆਖਦੇ ਨੇ। ਪੁਰਾਤਨ ਸਮੇਂ ਅੰਦਰ ਆਪਣੇ ਵਰਤੋਂ ਵਿੱਚ ਚੌਬਾਰਾ ਦਾ ਲਫ਼ਜ਼ ਬਣਿਆ। ਬਾਰ ਕਹਿੰਦੇ ਨੇ ਦਰਵਾਜ਼ੇ ਨੂੰ। ਉਦੋਂ ਆ ਸਾਧਨ ਨਹੀਂ ਸਨ ਹੁੰਦੇ, ਏ ਸੀ ਲੱਗਣ ਦੇ, ਪੱਖਿਆਂ ਦੇ ਸਾਧਨ ਵੀ ਕੋਈ ਨਹੀਂ ਸਨ। ਤਾਂ ਹਰ ਅਮੀਰ ਆਦਮੀ ਆਪਣੀ ਲਾਈਫ ਨੂੰ ਈਜ਼ੀ ਅਤੇ ਸੁਖੀ ਕਰਨ ਲਈ ਉਹਨੂੰ ਠੰਡੀ ਪੌਣ, ਠੰਡੀ ਹਵਾ ਅਤੇ ਗਰਮੀਆਂ ਵਿੱਚ ਚਾਹੀਦੀ ਸੀ। ਪੱਖਿਆਂ ਦਾ, ਏ ਸੀ ਦਾ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ। ਅਤੇ ਪਵਨ ਆਪਣਾ ਰੁੱਖ ਬਦਲਦੀ ਰਹਿੰਦੀ ਹੈ, ਕਦੀ ਦੱਖਣ ਵੱਲੋਂ, ਕਦੀ ਪੱਛਮ ਵੱਲੋਂ, ਕਦੀ ਉੱਤਰ ਵੱਲੋਂ, ਬਦਲਵੇਂ ਰੁੱਖ ਤੋਂ ਹਵਾ ਆਉਂਦੀ ਹੈ। ਤਾਂ ਉਦੋਂ ਅਮੀਰ ਆਦਮੀ ਗਰੀਬਾਂ ਦੇ ਘਰ ਅੰਦਰ ਚੁਬਾਰੇ ਨਹੀਂ ਸਨ ਹੁੰਦੇ। ਆਮ ਰੋਜ਼ਾਨਾ ਦੀ ਜ਼ਿੰਦਗੀ ਦਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਗਰੀਬ ਘਰਾਂ ਵਿੱਚ ਚੁਬਾਰੇ ਨਹੀਂ ਸਨ, ਬਜ਼ੁਰਗ ਜਾਣਦੇ ਨੇ। ਅਮੀਰ ਲੋਕ ਆਪਣੇ ਘਰ ਅੰਦਰ ਚੁਬਾਰਾ ਜ਼ਰੂਰ ਬਣਾਉਂਦੇ ਸਨ। ਅਤੇ ਚੁਬਾਰੇ ਦਾ ਮਤਲਬ ਹੁੰਦਾ ਸੀ ਚੌਬਾਰਾ, ਚਾਰ ਦਰਵਾਜ਼ਿਆਂ ਵਾਲਾ। ਚਾਰ ਦਰਵਾਜ਼ੇ ਰੱਖ ਕੇ ਚੌਂ ਦਿਸ਼ਾ ਵਿੱਚ ਬਾਰੀਆਂ, ਦਰਵਾਜ਼ੇ ਚੁਬਾਰਾ ਬਣਾਉਂਦੇ ਸਨ, ਤਾਂ ਕਿ ਕਿਸੇ ਪਾਸਿਓਂ ਵੀ ਜਦੋਂ ਗਰਮੀਆਂ ਦੇ ਦਿਨ ਹੋਣ, ਉੱਪਰ ਜਾ ਕੇ ਚੁਬਾਰੇ ਵਿੱਚ ਦੁਪਹਿਰਾ ਕੱਟਣਾ, ਕਿਸੇ ਪਾਸੇ ਦੀ ਵੀ ਹਵਾ ਹੋਵੇ, ਸਾਨੂੰ ਹਵਾ ਮਿਲਦੀ ਰਹੇ, ਚਾਰੇ ਪਾਸਿਓਂ ਤੋਂ ਆਵੇ। ਅਤੇ ਉਸ ਚਾਰੇ ਪਾਸਿਆਂ ਦੇ ਦਰਵਾਜ਼ੇ ਵਾਲੇ ਦਾ ਨਾਮ ਹੁੰਦਾ ਸੀ, ਉਸ ਕਮਰੇ ਦਾ ਨਾਂ ਚੌਬਾਰਾ। ਅਤੇ ਹੁੰਦਾ ਸੀ ਉਹ ਘਰ ਦੇ ਕੋਠੇ ਤੋਂ ਉੱਤੇ, ਆਪਾਂ ਕਹਿੰਦੇ ਸੀ ਉੱਪਰ ਚੁਬਾਰੇ ਵਿੱਚ ਚਲਾ ਜਾ, ਉਹ ਉੱਚਾ ਹੁੰਦਾ ਸੀ। ਹੁਣ ਮਾਲਕ ਜਿਹੜਾ ਪ੍ਰਭੂ ਹੈ ਅਕਾਲ ਪੁਰਖ, ਤੂੰ ਬ੍ਰਹਿਮੰਡ ਦਾ ਮਾਲਕ ਹੈ ਅਤੇ ਵੱਡਾ ਸਾਹਿਬ ਉੱਚੇ ਥਾਉ ਵਿੱਚ ਰਹਿਣਾ, ਇਹਦਾ ਮਤਲਬ ਤੂੰ ਚੌਬਾਰੇ ਵਿੱਚ ਰਹਿਣਾ। ਅਤੇ ਤੇਰੇ ਚੌਬਾਰੇ ਕੇ ਚਾਰ ਦਰਵਾਜ਼ੇ ਕੀ ਨੇ? ਉਹ ਹੈਨ ਚਾਰੋ ਦਿਸ਼ਾ ਵਿੱਚ ਤੇਰਾ ਹੁਕਮ ਚੱਲਦਾ ਹੈ। ਸਤਿਗੁਰੂ ਕਹਿੰਦੇ ਨੇ ਜਿਵੇਂ ਚਤੁਰ ਦਿਸ਼ਾ ਕੀਨੋ ਬਲ ਆਪਣਾ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਚਾਰੇ ਦਿਸ਼ਾ ਵਿੱਚ ਤੇਰਾ ਹੀ ਹੁਕਮ ਚੱਲਦਾ ਹੈ। ਕੋਈ ਕਿਸੇ ਦਿਸ਼ਾ ਵਿੱਚ ਵੀ ਬੈਠਾ ਹੈ ਤੇਰੇ ਹੁਕਮ ਵਿੱਚ, ਭਾਵੇਂ ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆ। ਮਨ ਨੂੰ ਤੇਰਾ ਟਿਕਾਣਾ, ਤੇਰਾ ਆਸਨ, ਤੇਰੀ ਰਹਿਸ਼ ਉਸ ਚੁਬਾਰੇ ਵਿੱਚ, ਉੱਚੀ ਥਾਂ ਵਿੱਚ ਹੈ ਜਿੱਥੇ ਬੈਠਾ ਤੂੰ ਚਾਰੇ ਤਰਫਾਂ ਤੋਂ ਹੁਕਮ ਕਰਕੇ ਸਾਰੇ ਬ੍ਰਹਿਮੰਡ ਨੂੰ ਆਪਣੀ ਮਰਜ਼ੀ ਨਾਲ ਚਲਾ ਰਿਹਾ। ਪਾਣੀ ਆਸਨ ਚਾਰ ਕੁੰਟ ਚੌਬਾਰਾ, ਚਾਰ ਕੁੰਟ ਦਾ ਮਤਲਬ ਵੀ ਹੋਇਆ ਚਾਰੋ ਦਿਸ਼ਾ, ਚਾਰੇ ਕੁੰਟਾਂ, ਚਾਰੇ ਦਿਸ਼ਾ ਵਿੱਚ ਤੇਰਾ ਹੀ ਹੁਕਮ ਚੱਲਦਾ ਹੈ। ਕੋਈ ਵੀ ਤੇਰੇ ਤੋਂ ਟੁੱਟਿਆ ਹੋਇਆ ਨਹੀਂ, ਕਿਉਂਕਿ ਜੇ ਇੱਕ ਪਾਸੇ ਦਰਵਾਜ਼ਾ ਨਾ ਹੋਵੇ ਤਾਂ ਕੁਦਰਤੀ ਗੱਲ ਹੈ ਉਹ ਦਿਸ਼ਾ ਟੁੱਟ ਗਈ, ਆਪਣੇ ਮੇਰੇ ਨਾਲ ਉਹ ਸੰਬੰਧ ਟੁੱਟ ਗਏ ਹੁੰਦੇ ਨਹੀਂ। ਹਲੋ ਭਾਵ ਹੈ ਨਿਰੰਕਾਰ, ਚਾਰੋਂ ਦਿਸ਼ਾ ਵਿੱਚ ਤੇਰਾ ਹੁਕਮ ਚੱਲ, ਕੋਈ ਪਾਸੇ ਕਿਸੇ ਦਿਸ਼ਾ ਵਿੱਚ ਵੀ ਬੈਠਾ ਹੈ, ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆ ਕੇ ਕਹਿਣ ਲੱਗੇ ਤੂੰ ਸਭਨੀ ਥਾਈ, ਤੂੰ ਸਭਨੀ ਥਾਈ ਜਿੱਥੇ
ਸੱਚਾ ਸਿਰਜਨ ਹਾਰ ਜੀਉ ਸੁਭਨਾ ਕਾ ਦਾਤਾ ਕਰਮ ਵਿਦਾਤਾ ਦੁੱਖ ਵਿਸਾਰਨ ਹਾਰ ਜੀਉ ਆਸਨ ਚਾਰ ਕੁੰਟ ਚੌਬਾਰਾ ਫਿਰ ਕਹਿਣ ਲੱਗੀ ਮੈਂ ਇੱਕ ਚੀਜ਼ ਕਹਿਣਾ ਕਿ ਤੂੰ ਏਡਾ ਮਹਾਨ ਤੇਰੇ ਚੋਜ ਦਾ ਜ਼ਿਕਰ ਕਰ ਰਿਹਾ ਨਾ ਤੇਰੀਆਂ ਵਡਿਆਈਆਂ ਦਾ ਜ਼ਿਕਰ ਕਰ ਰਿਹਾ ਤੂੰ ਕਹਿਣ ਲੱਗੇ ਏਡਾ ਮਹਾਨ ਹੈ ਸਾਰਿਆਂ ਪਾਸਿਆਂ 'ਤੇ ਹਰ ਧਰਤੀ ਦੇ ਹਰ ਹਿੱਸੇ ਵਿੱਚ ਜਿੰਨੀਆਂ ਮੂਰਤਾਂ ਨੇ ਸੰਸਾਰ ਅੰਦਰ ਜਿੰਨੇ ਜੀਵ ਨੇ ਉਹਨਾਂ ਦਾ ਰੂਪ ਘੜਨ ਵਾਲਾ ਤੂੰ ਹੈ ਤੇਰੀ ਟਕਸਾਲ ਹੈ ਜਿੱਥੇ ਸਾਰੇ ਘੜੇ ਜਾਂਦੇ ਨੇ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਸਾਰੇ ਬ੍ਰਹਿਮੰਡ ਵਿੱਚ ਚਾਰੇ ਦਿਸ਼ਾ ਵਿੱਚ ਸਾਰਿਆਂ ਦੀ ਪੈਦਾਇਸ਼ ਦੀ ਘੜਤ ਘੜਨ ਵਾਲਾ ਤੂੰ ਹੈ ਹੁਣ ਮੈਂ ਥੋੜ੍ਹਾ ਜਿਹਾ ਅੱਗੇ ਵਧਣਾ ਚਾਹੁੰਦਾ ਇੱਥੋਂ ਤਾਂ ਜਲਦੀ ਲੰਘ ਰਹੀ ਮੇਰੇ ਸਾਹਿਬਾ ਤੇਰੇ ਚੋਜ ਵਿਡਾ ਨਾ ਤੇਰੇ ਅਜੀਬ ਕਿਸਮ ਦੇ ਕੌਤਕ ਨੇ ਜਲ ਥਲ ਮਈਲ ਭਰਪੁਰ ਲੀਨਾ ਆਪੇ ਸਰਬ ਸਮਾਣਾ ਹੁਣ ਜ਼ਰਾ ਰੁਕੇ ਜੈ ਜੈ ਦੇਖਾ ਤੈ ਜੋਤ ਤੁਮਾਰੀ ਮੈਂ ਜਿਹੜੇ ਪਾਸੇ ਦੇਖਣਾ ਹੁਣ ਇੱਥੇ ਲਫਜ਼ ਜੋਤ ਤੇ ਰੂਪ ਵਿੱਚ ਫਰਕ ਪਾ ਦਿੱਤਾ ਜਿਹੜਾ ਅੱਜ ਦਾ ਜ਼ਰੂਰੀ ਸਬਜੈਕਟ ਸੀ ਵਿਚਾਰਨ ਵਾਲਾ ਕਿਉਂਕਿ ਜੋਤ ਦਿਸਦੀ ਨਹੀਂ ਰੂਪ ਦਿਸਦਾ ਹੈ ਇੱਕ ਚੀਜ਼ ਦਿਸਣ ਵਾਲੀ ਇੱਕ ਨਾ ਦਿਸਣ ਵਾਲੀ ਅੱਜ ਦਾ ਬੜਾ ਜ਼ਰੂਰੀ ਸਬਜੈਕਟ ਇਹ ਬਣਿਆ ਹੋਇਆ ਕਿ ਨਿਰੰਕਾਰ ਜਿਹੜਾ ਹੈ ਉਹ ਨਿਰਗੁਣ ਹੈ ਨਾ ਦਿਸਣ ਵਾਲਾ ਹੈ ਕਿ ਦਿਸਣ ਵਾਲਾ ਹੈ ਕਈ ਵੀਰ ਤਾਂ ਇਹ ਵੀ ਕਹਿੰਦੇ ਨੇ ਜਿਹੜੇ ਦਿਸਦਾ ਨਹੀਂ ਕਾਹਦਾ ਰੱਬ ਹੈ ਅਸੀਂ ਉਹਦੇ ਕੋਲੋਂ ਕੀ ਲੈਣਾ ਮੁਨਕਰ ਹੋ ਰਹੇ ਨੇ ਨਾਸਤਕ ਹੋ ਰਹੇ ਨੇ ਰੱਬ ਦੀ ਹੋਂਦ ਨੂੰ ਨਹੀਂ ਕਬੂਲ ਰਿਹਾ ਕਹਿੰਦੇ ਨੇ ਜਿਹੜਾ ਰੱਬ ਦਿਸਦਾ ਨਹੀਂ ਅਸੀਂ ਉਹਦੇ ਕੋਲੋਂ ਕੀ ਲੈਣਾ ਹੈ ਪਰ ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਇਸ ਸ਼ਬਦ ਵਿੱਚ ਗੁਰੂ ਨੇ ਇਸ ਸਬਜੈਕਟ ਦਾ ਖੁਲਾਸਾ ਕੀਤਾ ਕਹਿੰਦੇ ਨੇ ਮੈਂ ਜਿੱਥੇ ਦੇਖਦਾ ਤੇਰੀ ਜੋਤ ਤੇ ਹੈ ਪਰ ਜੇ ਮੈਂ ਤੇਰਾ ਰੂਪ ਦੇਖਣਾ ਚਾਹਾਂ ਤੇ ਤੇਰਾ ਕੋਈ ਵੱਖਰਾ ਰੂਪ ਵੀ ਹੈ ਉਹ ਮੈਨੂੰ ਦੱਸ ਜੇ ਜੇ ਦੇਖਾ ਤੇ ਜੋਤ ਤੁਮਾਰੀ ਇਸ ਗੱਲ ਤੋਂ ਤਾਂ ਕੋਈ ਮੁਨਕਰ ਨਹੀਂ ਕਿ ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਦੇ ਵਿੱਚ ਤੇਰੀ ਜੋਤ ਹੈ ਪਰ ਸਾਰਿਆਂ ਵਿੱਚ ਤੇਰੀ ਜੋਤ ਹੋਣ ਦੇ ਬਾਵਜੂਦ ਜੇ ਤੈਨੂੰ ਕੋਈ ਪਛਾਣਨਾ ਚਾਹੇ ਅੱਖਾਂ ਨਾਲ ਦੇਖਣਾ ਚਾਹੇ ਤਾਂ ਰੂਪ ਚਾਹੀਦਾ ਦਿਸਣ ਵਾਲਾ ਬਲਕਿ ਸਾਡੇ ਇਸ ਅੱਜ ਦੇ ਮਸਲੇ ਨੇ ਇੱਕ ਬੜਾ ਵੱਡਾ ਦੁਖਾਂਤ ਪੈਦਾ ਕੀਤਾ ਜੇ ਰੱਬ ਦਿਖਣ ਦਿਸਣ ਵਾਲਾ ਹੀ ਚਾਹੀਦਾ ਹੈ ਤੇ ਫਿਰ ਤਾਂ ਸਾਰੀ ਜਿੰਨੀ ਮੂਰਤੀ ਪੂਜਾ ਹੈ ਇਸੇ ਗੱਲ ਤੇ ਆਧਾਰਿਤ ਹੈ ਸਾਰੀਆਂ ਮੂਰਤੀਆਂ ਦਿਸਦੀਆਂ ਨੇ ਜਿੰਨੇ ਵੀ ਮੂਰਤੀ ਪੂਜਾ ਦਾ ਕਨਸੈਪਟ ਸੰਸਾਰ ਅੰਦਰ ਪ੍ਰਚਾਰਿਆ ਹੈ ਜਾਂ ਜਿੰਨੇ ਵੀ ਦੇਹਧਾਰੀ ਅਵਤਾਰ ਪੂਜਾ ਦਾ ਕਨਸੈਪਟ ਪ੍ਰਚਾਰਿਆ ਹੈ ਉਹਦਾ ਮਕਸਦ ਹੈ ਦਿਸਣ ਵਾਲਾ ਰੱਬ ਭਾਵੇਂ ਉਹਨੇ ਮਨੁੱਖਾਂ ਦਾ ਨਾਂ ਰੱਖ ਲਿਆ ਕ੍ਰਿਸ਼ਨ ਰੱਖ ਲਿਆ ਰਾਮ ਰੱਖ ਲਿਆ ਕੋਈ ਭਾਵੇਂ ਮੂਰਤਾਂ ਦਾ ਬੁੱਤ ਬਣਾ ਕੇ ਮੰਦਰ 'ਚ ਟਿਕਾ ਦਿੱਤੇ ਅਤੇ ਉਹਨਾਂ ਦਾ ਨਾਮ ਭਗਵਾਨ ਰੱਖ ਲਿਆ ਆਖਰ ਤਾਂ ਦਿਸਣ ਵਾਲੇ ਸਨ ਜੇ ਦਿਸਣ ਵਾਲੇ ਦਾ ਮਸਲਾ ਨਾ ਹੁੰਦਾ ਤਾਂ ਕਿਸੇ ਦੀਆਂ ਚਾਰ ਬਾਹਾਂ ਕਿਸੇ ਦੀਆਂ ਅੱਠ ਬਾਹਾਂ ਵਾਲਾ ਅਸ਼ਟ ਭੁਜਾ ਅਤੇ ਚਤੁਰਭੁਜ ਦਾ ਮਸਲਾ ਕਿਉਂ ਹੁੰਦਾ ਚਤੁਰਭੁਜ ਦਾ ਮਤਲਬ ਚਾਰ ਬਾਹਾਂ ਵਾਲਾ ਅਸ਼ਟ ਭੁਜਾ ਦਾ ਮਤਲਬ ਅੱਠ ਬਾਹਾਂ ਵਾਲਾ ਜਿਹਦੀਆਂ ਅੱਠ ਬਾਹਾਂ ਨੇ ਜਾਂ ਚਾਰ ਬਾਹਾਂ ਨੇ ਜਿਹਨੂੰ ਅਸੀਂ ਚਤੁਰਭੁਜ ਜਾਂ ਅਸ਼ਟਭੁਜ ਆਖਾਂਗੇ ਅਤੇ ਆਖ ਕੇ ਉਹਨੂੰ ਭਗਵਾਨ ਆਖਾਂਗੇ ਫਿਰ ਇਸ ਦਾ ਮਤਲਬ ਭਗਵਾਨ ਦੇਹਧਾਰੀ ਹੋ ਗਿਆ ਦਿਸਣ ਵਾਲਾ ਹੋ ਗਿਆ
ਤੇ ਮਸਲੇ ਜਾਂ ਜੇ ਆ ਗਏ ਸਾਡੇ ਸਾਹਮਣੇ ਆਹਿਸਤਾ ਆਹਿਸਤਾ ਉਹ ਕਨਸੈਪਟ ਸਿੱਖੀ ਵਿੱਚ ਜਿਸ ਨੂੰ ਗੁਰੂ ਨਾਨਕ ਨੇ ਇਹ ਗੱਲ ਆਖੀ ਹੋਵੇ ਸਵਾਲ ਰੂਪ ਕਹਿ ਕੇ ਲਵੀ ਦੱਸ ਉਹਦਾ ਰੂਪ ਕੀ ਹੈ ਜੋਤ ਤਾਂ ਸਾਰਿਆਂ ਵਿੱਚ ਗੁਰੂ ਕਹਿੰਦਾ ਹੇ ਮੇਰੇ ਰੱਬ ਜੋਤ ਤਾਂ ਤੇਰੀ ਸਾਰਿਆਂ ਵਿੱਚ ਆਉਂਦੇ ਇਹਨੂੰ ਮੈਂ ਵੀ ਮੰਨਣਾ ਕਿ ਸਭ ਮੈਂ ਜੋਤ ਜੋਤਾ ਸੋਏ ਪਰ ਤੂੰ ਮੈਨੂੰ ਇਹ ਦੱਸ ਕਿ ਤੇਰਾ ਰੂਪ ਵੱਖਰਾ ਕਿਹੜਾ ਹੈ ਜਿਹਦੇ ਤੋਂ ਮੈਂ ਤੈਨੂੰ ਪਛਾਣ ਸਕਾਂ ਜੈ ਜੈ ਦੇਖਾ ਤੇ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਜੋਤ ਤਾਂ ਸਾਰਿਆਂ ਵਿੱਚ ਹੈ ਤੇ ਜਿਨ੍ਹਾਂ ਸਾਰਿਆਂ ਵਿੱਚ ਜੋਤ ਹੈ ਉਹਨਾਂ ਦੇ ਰੂਪ ਵੀ ਵੱਖਰੇ ਵੱਖਰੇ ਨੇ ਕਿਉਂਕਿ ਇੱਥੇ ਅਗਲੇ ਇਕਤ ਰੂਪ ਫਿਰੇ ਪ੍ਰਛੰਨਾ ਕੋਈ ਨਾ ਕਿਸੇ ਜੇ ਆ ਜਿੰਨੇ ਸੰਸਾਰ ਦੇ ਜਿਨ੍ਹਾਂ ਵਿੱਚ ਤੇਰੀ ਜੋਤ ਵਰਤ ਰਹੀ ਹੈ ਉਹ ਸਾਰਿਆਂ ਦੇ ਰੂਪ ਵੱਖਰੇ ਵੱਖਰੇ ਨੇ ਕੋਈ ਕਿਸੇ ਵਰਗਾ ਵੀ ਨਹੀਂ ਜੇ ਸੰਸਾਰ ਅੰਦਰ ਇੱਕ ਦੂਜੇ ਨਾਲ ਰੂਪ ਇੰਨਾ ਜ਼ਿਆਦਾ ਮਿਲਦਾ ਹੋਵੇ ਤਾਂ ਸਾਨੂੰ ਆਪਣਾ ਭਰਾ ਪਛਾਣਨਾ ਹੀ ਔਖਾ ਹੋ ਜਾਏ ਆਪਣੀ ਭੈਣ ਪਛਾਣਨਾ ਹੀ ਔਖੀ ਹੋ ਜਾਏ ਮੁਸ਼ਕਲ ਬਣ ਜਾਏ ਨਾ ਇਸ ਲਈ ਮੇਰੇ ਮਾਲਕ ਨੇ ਕਿ ਕੈਸਾ ਅਜੀਬ ਕਿਸਮ ਦਾ ਕ੍ਰਿਸ਼ਮਾ ਵਰਤਾਇਆ ਕਿ ਇੱਕ ਦੂਜੇ ਨਾਲ ਕੋਈ ਸ਼ਕਲ ਕੋਈ ਨਾ ਕੋਈ ਵੱਖਰਾਪਣ ਜ਼ਰੂਰ ਹੈ ਇਸ ਲਈ ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਕਹਿਣ ਲੱਗੇ ਤਿੰਨ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਕੋਈ ਇੱਕ ਦੂਜੇ ਨਾਲ ਮਿਲਦਾ ਨਹੀਂ ਰੱਖਿਆ ਵੱਖਰਾ ਵੱਖਰਾ ਰੱਖ ਦਿੱਤਾ ਕਹਿਣ ਲੱਗੇ ਕਿੰਨੀ ਅਜੀਬ ਗੱਲ ਇੰਨੀ ਅਰਬਾਂ ਦੀ ਤਾਦਾਦ ਵਿੱਚ ਜੀ ਜੰਤ ਦੁਨੀਆਂ ਤੂੰ ਸਾਜੀ ਅਤੇ ਸਾਰਿਆਂ ਨੂੰ ਵੱਖਰਾ ਵੱਖਰਾ ਰੂਪ ਦੇ ਦਿੱਤਾ ਤੂੰ ਆਪਣੇ ਲਈ ਇੱਕ ਰੂਪ ਵੀ ਨਾ ਪ੍ਰਗਟ ਕਰ ਸਕੇ ਹੋ ਤੂੰ ਇੱਕ ਰੂਪ ਆਪਣਾ ਰੱਖਿਆ ਉਹ ਵੀ ਛੁਪਾ ਕੇ ਇੱਕ ਤਰੂਪ ਫਿਰੇ ਪ੍ਰਛੰਨਾ ਲੁਕਾ ਕੇ ਤੇਰਾ ਇੱਕ ਰੂਪ ਹੈ ਇਹ ਬਾਕੀ ਸਾਰੇ ਜਿੰਨੇ ਨੇ ਉਹਨਾਂ ਵਿੱਚ ਤੇਰੀ ਜੋਤ ਹੈ ਉਹਨਾਂ ਦੇ ਰੂਪ ਨੂੰ ਹੇ ਪ੍ਰਭੂ ਤੇਰਾ ਰੂਪ ਜੇ ਅਸੀਂ ਮਸਲਾ ਹੀ ਅੱਜ ਦਾ ਇਹ ਹੈ ਵੀ ਜੇ ਸਾਰਿਆਂ ਰੂਪਾਂ ਨੂੰ ਤੇਰਾ ਰੂਪ ਮੰਨ ਲਈਏ ਤੇ ਫਿਰ ਉਹ ਕਹਿੰਦੇ ਨੇ ਬਸ ਸਾਰੇ ਰੱਬ ਨੇ ਹਰ ਕੋਈ ਰੱਬ ਹੈ ਜਿਹਦੇ ਵਿੱਚ ਜੋਤ ਰਹਿੰਦੀ ਹੋ ਰੱਬ ਜੋਤ ਦਾ ਰਹਿਣਾ ਹੋਰ ਗੱਲ ਹੈ ਜੋਤ ਦਾ ਤਾਂ ਇੱਕ ਸੂਖਸ਼ਮ ਰੂਪ ਹੈ ਜਿਵੇਂ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਸੂਰਜ ਦੀ ਹਰ ਇੱਕ ਕਿਰਨ ਜਿਹੜੀ ਹੈ ਉਹ ਸੂਰਜ ਦਾ ਪ੍ਰਤੀਕ ਹੈ ਸੂਰਜ ਚੜ੍ਹੇਗਾ ਤਾਂ ਕਿਰਨ ਆਏਗੀ ਅਸੀਂ ਤਾਂ ਸੂਰਜ ਵਾਲੇ ਅੱਖਾਂ ਖੋਲ੍ਹ ਕੇ ਦੇਖ ਵੀ ਨਹੀਂ ਸਕਦੇ ਪਰ ਕਿਵੇਂ ਅੰਦਾਜ਼ਾ ਲਗਾ ਲੈਂਦੇ ਹਾਂ ਸੂਰਜ ਚੜ੍ਹ ਗਏ ਕਮਰੇ ਵਿੱਚ ਬੈਠੇ ਹੋਈਦਾ ਆਖ ਲਈਦਾ ਭਲਿਆ ਉੱਠ ਖੜ੍ਹ ਸੂਰਜ ਚੜ੍ਹ ਪਿਆ ਸੂਰਜ ਵੱਲ ਤਾਂ ਕਿਸੇ ਨੇ ਦੇਖਿਆ ਨਹੀਂ ਪਰ ਜੇ ਬਾਹਰ ਜਾਵੇ ਵੀ ਤਾਂ ਸੂਰਜ ਵੱਲ ਅੱਖਾਂ ਤੱਕ ਕੇ ਦੇਖਣਾ ਚਾਹੇ ਦੇਖ ਨਹੀਂ ਸਕਦਾ ਜਦ ਸੂਰਜ ਤੂੰ ਦੇਖ ਹੀ ਨਹੀਂ ਸਕਦਾ ਫਿਰ ਸੂਰਜ ਬਾਰੇ ਤੂੰ ਫੈਸਲਾ ਕਿਵੇਂ ਦੇ ਰਿਹਾ ਕਿ ਸੂਰਜ ਚੜ੍ਹ ਪਿਆ ਕੇਵਲ ਉਹਦੀਆਂ ਕਿਰਨਾਂ ਧਰਤੀ 'ਤੇ ਆਈਆਂ ਨੇ ਜਿਹਨੂੰ ਅਸੀਂ ਦੂਜੇ ਲਫਜ਼ਾਂ ਵਿੱਚ ਧੁੱਪ ਕਹਿ ਦਿੰਦੇ ਉਹ ਧੁੱਪ ਵੇਖ ਕੇ ਬਾਹਰ ਉਹ ਕਿਰਨਾਂ ਵੇਖ ਕੇ ਬਾਹਰ ਸਾਨੂੰ ਇਹ ਅੰਦਾਜ਼ਾ ਲੱਗ ਗਿਆ ਕਿ ਸੂਰਜ ਚੜ੍ਹ ਪਿਆ ਸੂਰਜ ਹੈ ਸਾਨੂੰ ਦੇਖਣ ਦੀ ਲੋੜ ਨਹੀਂ ਕਹਿਣ ਲੱਗੇ ਜਿੰਨੇ ਜੀਵ ਜੰਤ ਨੇ ਸੰਸਾਰ ਦੇ ਉਹਨਾਂ ਵਿੱਚ ਕਿਰਨਾਂ ਰੂਪ ਹੋ ਕੇ ਤੇਰੀ ਜੋਤ ਵਰਤ ਰਹੀ ਹੈ ਇਸ ਲਈ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਤੂੰ ਕੋਈ ਹੈ ਕੋਈ ਸੂਰਜ ਹੈ ਤੇਰੇ ਤੋਂ ਨਾਸਤਕ ਨਹੀਂ ਹੋਣਾ ਤੇਰੇ ਤੋਂ ਮੁਨਕਰ ਨਹੀਂ ਹੋਣਾ ਕਿ ਸਾਨੂੰ ਦਿਸੇ ਅਤੇ ਤਦ ਹੀ ਮੈਂ ਸਮਝਾਂ ਜੇ ਤੂੰ ਸੂਰਜ ਨੂੰ ਵੇਖੇ ਬਿਨਾਂ ਉਹਦੀਆਂ ਕਿਰਨਾਂ ਨੂੰ ਹੀ ਅੰਦਾਜ਼ਾ ਲਗਾ ਕੇ ਕਹਿ ਦਿੰਦਾ ਕਿ ਸੂਰਜ ਚੜ੍ਹ ਪਿਆ ਅਤੇ ਫਿਰ ਤੇਰੇ ਅੰਦਰ ਵੀ ਤਾਂ ਹੁੰਦੀ ਇੱਕ ਕਿਰਨ ਹੈ ਇੱਕ ਜੋਤ ਦਾ ਹਿੱਸਾ ਹੈ ਕਹੋ ਕਬੀਰ ਹਮ ਰਾਮ ਕੀ ਅੰਸ਼ ਛੋਟਾ ਜਿਹਾ ਜ਼ਰਰਾ ਹਿੱਸਾ ਉਹ ਹਰ ਇੱਕ ਦੇ ਵਿੱਚ ਹੈ ਕਹਿਣ ਲੱਗੇ ਹੇ ਮੇਰੇ ਰੱਬ ਕੈਸਾ ਅਜੀਬ ਕਿਸਮ ਦਾ ਤੇਰਾ ਕ੍ਰਿਸ਼ਮਾ ਹੈ ਕੌਤਕ ਹੈ ਕਿ ਤੂੰ ਸਾਰਿਆਂ ਵਿੱਚ ਵਸ ਰਿਹਾ ਜਿੰਨਿਆਂ ਵਿੱਚ ਤੇਰਾ
तेरी जोत है उन्हां सारयां दे रूप वक्रे वक्रे ने, पर मैं तेरा रूप किन्नू आखा समझा। हर एक नूं तो मैं कह नहीं सकता, है सारे ही रब ने, फिर तू एक नहीं रहना। ते फिर मैं किवें महसूस करां, किवें फैसला करां कि इन्हां विचों रब किहड़ा है, क्योंकि एक नाल दूजे का रूप नहीं मिलता। तो तू अपना रूप छुपा के रखे हुआ है, कोई है तो तैन सानू दिखा। कहन लगे जे जे देखा तै जोत तुम्हारी, जल थल महियल पूरिया, स्वामी सृजनहार, जल थल महियल पूरिया। वो तो साया में चाहे पप्पे पातशाह परमेश्वर, वेखन को परपंच किया। ये सारा परपंच, ये सारी खेड मेरे मालिक ने अपने वेखन वास्ते बना दित्ती। परमेश्वर ने देखे बूझे सब कुछ, जाने सारा कुछ, देखदा भी जानदा भी। अगले पास एक लफ्ज कह दिते, कहने लगे उस मालिक दी मर्जी होई ते होया कि उस सारे तमाशे नू वेख रहा है, फिर खेड भी पिया खेडदा है। ते खेडन वाले ने जिन्हें जिहड़े चौपड़ कीते चार जुगा, चारे जुगां नूं इक चौपड़ दे रूप विच शतरंज दी खेड वांगू विछा रहा। ते जिवें शतरंज दी खेड विच नरदां गीटियां हुंदियां ने, इसी तरह जिन्ने जीव जंत सन वह सारे गीटियां बना के रख लै, अपनी मर्जी नाल पिया चलाउंदा है। आपां रोज पढ़ने आ, जी जंत सब तुद उपाय, जंत सब तुद उपाय, जित जित बहाना तित तित लाए, सब किछ कीता तेरा होवे। तेरी होंद नूं कबूल करना है। ए नहीं कि जोत मेरे विच रहिंदी है, जोत तां तुहाडे विच मेरे विच सारियां विच है, तां कि असीं सारे रब्बां। ते जे सारे रब्बां, ये सारे ही प्रभु हैं, ये सारे ही परमेश्वर हैं, ते फिर तो वो एक ना रहा। ते गुरु बाणी विच एक फैसला दे रहे ने, दूजा नहीं और को, दूजा नहीं और को, ताका पाओ करिए। कहने लगे कोई होर होवे दूजा, तो मैं उन्दे कोलों भी डरा, मैं तो इक्को दे सामने सिर चुकाना, क्योंकि दूजा है ही नहीं। इक्को नूं सिमरना, एक नाल जीवन नूं जोड़े है, दूजे नूं मैं देखिया नहीं। मैं तो रब दे सामने भी एक सवाल करना, कहना इन्नी दुनिया तो पैदा कीती, सारे एक दूजे नालों वक्रे रूप वाले सन, पर तू अपना रूप जिहड़ा एक रखिया सी, वो एक रूप भी प्रछन्ना भाव छुपा के बैठे, क्योंकि तैनू ये ख्याल है कि जिस दिन मेरा रूप प्रछन्ना ना रहा, लोगों ने मेरी भी मूर्ति बना देनी है। शकल मनुख नूं चाहीदी है। अज भी भुलेखा सदियां बाद इस पढ़े लिखे जमाने अंदर भी गुरु नानक नूं मनन वाले जिहड़े ने, वह भी मैं हुण कल देख रहा सी, नवें नवीं उलझन आ रही हैं। दिल्ली कमेटी ने हुणे जिहड़ा नगर कीर्तन कढ़िया, उहदे च बहुत सारियां झाकियां बनाईआं ने, ते झाकियां गुरु नानक पातशाह जी दे सिद्धांत नूं फिल्माउण वांगू,
उस किस्म दियां चाकियां बना के अपनी गड्डियां ते अगे अगे उस नगर कीर्तन दे तोरियां ने नतीजा ये निकलना है कि हर आदमी समझेगा गुरु नानक जो कुछ करता है ओहो ही कुछ कहता है। पर नतीजा ये है कि गुरु नानक ने जो कुछ कीता है वो लिखिया नहीं, ये भी सानू भुलेखा ना रहे। गुरु नानक दा करतब जो असी लिखिया है वह नहीं, गुरु नानक ने जो किया है वह गुरु नानक दा करतब है, क्योंकि गुरु नानक ने अपनी हथी कोई हिस्ट्री दा ग्रंथ नहीं लिखिया। सारा इतिहास पढ़ लो, एक भी ऐसा ग्रंथ नहीं जिहड़ा गुरु नानक ने इतिहास दा लिखिया होवे। 200 वरे विच श्री गुरु ग्रंथ साहब की बाणी दे एनी वड्डा खजाना एकत्रता करके तुहाडी चोली पाई, किसे इतिहास दी नहीं, बल्कि तुसीं हैरान होगे इतिहास दे ना पाउण दा नतीजा ये निकलिया। इतिहासकार क्योंकि मनुख सी, ओनूं दिसण वाला रब चाहीदा सी, उन्हें हर काम ओहो ही लिखत विच लिआंदा जो उन्दे दिमाग अंदर तसवर, क्योंकि वह करामाता नूं ही रब मनदा सी, क्योंकि उन्दे ख्याल अंदर तां इह सी भी जिंदे कोल करामात नहीं रब कहदा है, कहदा रब है। अज भी असीं कहिंदे आ जे किसी साध संत नूं किसी डेरेदार नूं पूजने आ ते असीं पहला उन्दे नाले जोड़ने आ, जी वह महान ने आ करिश्मा वेख्या जी। पर गुरु नानक कहिंदा नहीं, मैनूं करिश्मे दी लोड़ नहीं, क्योंकि तेरे चोज करिश्मा चोज जिहड़े ने वह मेरे मालिक दे ने। ते उस चोज विच्चों एक गल सतगुरु ने अपनी बाणी विच आख दित्ती, स्पष्ट करके कह दित्ती, कहण लगे अंडज जेरज उत्पुज सेताज तेरे कीते जनता। भाव जिन्ने भी जंत ने जीव ने, भावे अंडिया चो पैदा होने वाले, भावें जेर तो पैदा होने वाले पशुओं के बच्चे जिन्हों के नाल जेर मनुख भी उन्होंने आंदा, अंडज जेरज उत्भुज मुड़के तो पैदा होने वाले पानी विच पैदा होने वाले। कहन लगे जिन्ने जीव ने इस बाकी चीज़ा अंडज जेरज उत्भुज सेताज ये एक साधन है, जिमें माता पिता भी एक साधन है, मेरे बात पिता पिंड कमाया एक साधन है, उन्हां दी शक्ति जां उन्हां दी मर्जी नहीं। जे माल पिता मात पिता पिंड कमाया उन्हां दी शक्ति ते उन्हां दे मर्जी ते निर्भर होवे, दुनिया अंदर कोई निपुत्ता रहे ही ना औतरा रहे ही ना। हर माता पिता अपनी मर्जी दा खूबसूरत बच्चा चोली पवावे, साधन उन्होंने दिता है, मर्जी उन्हें दी नहीं, ये दोनों का फर्क है। फिर दुनिया अंदर कोई नलायक ना हो, दुनिया अंदर हर मां बाप चाहता है मेरा पुत्र है जो खूबसूरत हो, जवानी वाला हो, लायक पढ़िया लिखिया हो, कि दुनिया दुनिया के जिन्ने माता पिता ये चाहते हैं कि सारिया की यह मन मर्जी पूरी हो जाती, क्योंकि मर्जी उन्हों की नहीं चलती, साधन वह है ना। इस तरह अंडज जेरज सेताज उत्पुज जिहड़े ने भी एक साधन ने, इन्हां दी मर्जी नहीं, मर्जी हे मालिक तेरी चलती है। अंडज जेरज उत्पुज सेताज तेरे कीते जनता, सारे जन तेरे पैदा किए हुए ने। कह लगे बस एक गल ने मेरा सिर तेरे अगे झुकाया है, वो ये कि एक पुरब मैं तेरा देखिया,
एक करिश्मा मैं तेरा देखिया है कि इन्ने तरह तरह के जीव धरती ते पैदा करके वख वख रूपां विच पैदा करके वख वख शकलां ते रंगां विच पैदा करके रंगी रंगी भाती कर कर जिनसी माया जिनू पाई कर कर वेखे कीता अपना जिव तिस दी वडियाई सब कुछ पैदा करन तो बाद हे मेरे मालिक जिहड़ी तेरी अजीब चोज दी गल सी घटना सी ओ तू सारिआं विच वस रिहा तू विच फिरना है हुण रुक लै किसे दे विच रहना कुछ होर गल है ओ होना कुछ होर गल है सतगुरु ने बाणी अंदर बार बार आख्या कि मनुख विच रब रहिंदा है रब मनुख रब नहीं ये नहीं कि मनुख विच जोत नहीं रहिंदी जोत रहिंदी है एथों तक कोई झगड़ा नहीं कोई इख्तलाफ नहीं हर एक दे अंदर सब मैं जोत जोत है सोए तू सबना माहे रवंता तू सारिया विच रहना है पर संसार दे सारे लोग रब नहीं बन जाते क्योंकि उनका कारण की है कि पैदा करने वाले ने उन्हां दी मर्जी ने वो साधन बने ने पर उन्हां दी मर्जी नहीं मर्जी उन्हां दे हाथ विच नहीं छड़ी कर्म उन्हां दे हाथ विच छड़िया चंगियाइयां बुरियाइयां वाचे धर्म अधूर कर्मी आपो अपनी फिर आपो अपनी तो मर्जा की रह गया फिर तो इनका मतलब ये मनना पाएगा कि रब मैनू कोई होर कर्म दिंदा है तुहानू कुछ होर कर्म दिंदा है ते जे ओहो ही मैनू तुहानू वखरे वखरे कर्म दिंदा है ते फिर उन्हां कर्मां दा फल मैनू ते तुहानू क्यों फिर उसे नू होना चाहिए मालिक नू सज़ा भी उसे नू होनी चाहिए मालिक नू फिर क्योंकि कर्मों ने दिते ने मैं तो किया ही नहीं मैं एक फर्ज की सी मनुख जन्म करके स्वतंत्र नहीं पतंत्र है हुक्म विच है सारे लिए इको रस्ता है जन्म का जो तू ब्राह्मण ब्रह्मण ही जाया तो आन बाट का ही नहीं आया संसार दे किसे काले गोरे गरीब अमीर सब लई जन्म दा साधन इको है इसलिए क्योंकि स्वतंत्र नहीं पतंत्र है ओ उन्दे हुकुम मुताबक है पर कर्म करके स्वतंत्र है एहो कारण है मनुख जन्म दा साधन नहीं बदल सकता कर्म दा बदल सकता असंगत की है उते कर्म बदलता है पिछले दिनां च आई सी जे गुरु नानक नूं मिल के भूमिया चोर चोरी छड़ सकदा है ते कर्म बदल गया कर्म बदलदा है जन्म नहीं बदलता कोई आखे मैं अपनी मर्जी नाल जन्म बदल दियां भी मैं सर्दियां च नहीं जन्म लेना चाहुंदा समर विच लवांगा तू जन्म नहीं बदल सकदा स्वतंत्र नहीं कर्म बदल सकना तू किस संगत विच बैठ के जिस दिन तू फैसला करेगा ना मैं इंजीनियर बनना किसी इंजीनियर प्रोफेसर दी संगत विच तो बैठ के बन सकना जिस दिन तू फैसला करेगा मैं डॉक्टर बनना किसी डॉक्टरी मेडिकल कॉलेज विच जाके उत्थों दे प्रोफेसर दी संगत करके तू अपने आप नू डॉक्टर बना सक कर्म बदल जाएगा कर्म करके तू स्वतंत्र है जन्म करके स्वतंत्र नहीं ते मेरे मालिक ने गुरु नानक पातशाह जी ने अज दे शब्द विच एहो गल समझा दित्ती कहन लगे अंडज जेरज उत्पुज सेतज तेरे कीते जनता एक पुरब मैं तेरा देखिया तू सबना माहिरवंता तू डॉक्टर च भी बैठा है तू इंजीनियर विच भी बैठा है तू एक अनपढ़ विच भी बैठा है तू एक पढ़े लिखे विच भी बैठा है कर्म वखरे वखरे ने उन्हां दी जीवन जिहड़े ने जन्म ते मरन ओह स्वतंत्र नहीं क्योंकि ओह तेरे हाथ विच आए तेरे हक नूं तेरे हत्थां दे शक्ति नूं मैं छापा मार के अपने हाथ नहीं लै सकदा कि मैं आखां जो कुछ रब कर सकदा ओह मैं भी कर सकदा
ਅੱਜ ਇਹ ਪੜ੍ਹਾਇਆ ਜਾ ਰਿਹਾ ਨੌਜਵਾਨਾਂ ਨੂੰ ਕਿ ਜੋ ਕੁਝ ਉਹ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ। ਉਹਨੇ ਉਹ ਕਰਮ ਜਿਹੜਾ ਜਿਹਦੇ 'ਚ ਤੈਨੂੰ ਸੁਤੰਤਰ ਨਹੀਂ ਛੱਡਿਆ ਉਹ ਨਹੀਂ। ਉਹਨੇ ਆਖਿਆ ਹਾਂ ਜੇ ਤੂੰ ਬਦਲਣਾ ਚਾਹੇ ਆਪਣੇ ਕਰਮ ਨੂੰ ਬਦਲ ਸਕਣਾ ਹੈ, ਬਸ ਇਸ ਤੋਂ ਜ਼ਿਆਦਾ ਤੂੰ ਸੁਤੰਤਰ ਨਹੀਂ ਪਤੰਤਰ ਹੈ। ਇਹੋ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਦੀ ਇਸ ਆਖਰੀ ਲਾਈਨ ਵਿੱਚ ਆਖੀ। ਕਹਿਣ ਲੱਗੇ ਇਹ ਮੈਂ ਹੈਰਾਨਗੀ ਦੀ ਗੱਲ ਹੈ, ਇੱਕ ਪੁਰਬ ਮੈਂ ਤੇਰਾ ਦੇਖਿਆ, ਇੱਕ ਅਸਚਰਜ ਕੌਤਕ ਮੇਰੇ ਮਾਲਕ ਮੈਂ ਤੇਰਾ ਦੇਖਿਆ। ਤੂੰ ਸਾਰਿਆਂ ਵਿੱਚ ਹੀ ਰਹਿ ਰਿਹਾ ਹੈ, ਅਮੀਰ ਵਿੱਚ ਵੀ, ਗਰੀਬ ਵਿੱਚ ਵੀ, ਪੜ੍ਹੇ ਲਿਖੇ ਵਿੱਚ ਵੀ, ਅਨਪੜ੍ਹ ਵਿੱਚ ਵੀ, ਤੂੰ ਆਪਣੇ ਵਿੱਚ ਵੀ, ਬੇਗਾਨੇ ਵਿੱਚ ਵੀ, ਦੁਸ਼ਮਣ ਜੇ ਇਹ ਗੱਲ ਕਹੀ ਨਾ ਕੋ ਬੈਰੀ ਨਹੀਂ ਬੇਗਾਨਾ। ਤਾਂ ਇਸ ਮੋੜ 'ਤੇ ਆ ਕੇ ਆਖੀ, ਕਹਿਣ ਲੱਗੇ ਜਿਸ ਦਿਨ ਤੂੰ ਰੱਬ ਦੀ ਜੋਤ ਨੂੰ ਆਪਣੇ ਵਿੱਚ ਬੈਠੀ ਵੇਖੇਗਾ ਕਿ ਮੈਨੂੰ ਜੇ ਡਾਕਟਰ ਬਣਨ ਦੀ ਹਿੰਮਤ ਦਿੱਤੀ ਹੈ, ਜੇ ਮੈਂ ਕੁਝ ਚੇਂਜ ਕਰ ਸਕਿਆ ਤਾਂ ਉਹ ਵੀ ਤਾਂ ਹੀ ਕਰ ਸਕਿਆ ਕਿਉਂਕਿ ਅੰਦਰ ਉਹਦੀ ਜੋਤ ਬੈਠੀ ਹੈ। ਜਿਸ ਦਿਨ ਅੰਦਰੋਂ ਜੋਤ ਚਲੀ ਗਈ, ਭਲਾ ਉਸ ਦੀ ਲਾਸ਼ ਨੂੰ ਕਿਸੇ ਡਾਕਟਰ ਦੇ ਹਵਾਲੇ ਕਰ ਦਿਓ ਵੀ ਇਹਨੂੰ ਹੁਣ ਡਾਕਟਰ ਬਣਾ ਨਹੀਂ ਬਣਾ। ਜੋ ਕੁਝ ਤੇਰੇ ਅੰਦਰ ਗ੍ਰਹਿਣ ਹੋਣਾ ਹੈ ਉਹ ਵੀ ਜੋਤ ਨੇ ਕਰਨਾ ਹੈ, ਕਿਉਂਕਿ ਚੇਂਜ ਜਿੰਨੀ ਹੈ ਉਹ ਜੋਤ ਦੇ ਹੱਥ ਵਿੱਚ ਹੈ, ਤੇਰੇ ਹੱਥ ਵਿੱਚ ਨਹੀਂ। ਗੁਰੂ ਕਹਿੰਦੇ ਨੇ ਮੈਂ ਇਹੋ ਗੱਲ ਸਾਬਤ ਕਰਨਾ ਚਾਹੁੰਦਾ। ਇਸੇ ਲਈ ਆਪਣੇ ਜੀਵਨ ਦਾ ਵੀ ਅਤੇ ਤੁਹਾਡੇ ਜੀਵਨ ਦਾ ਵੀ ਆਰੰਭ ਇਹ ਕਿਤੋਂ ਕਰਨਾ। ਇਹ ਗੁਰੂ ਨਾਨਕ ਦਾ ਪਹਿਲਾ ਮੈਸੇਜ ਹੈ ਏਕਾ। ਜਿਸ ਦਿਨ ਅਸੀਂ ਏਕੇ ਨੂੰ ਸਮਝ ਲਿਆ ਅਤੇ ਉਸ ਇੱਕ 'ਤੇ ਵਿਸ਼ਵਾਸ ਕਰਕੇ ਬਾਕੀ ਸਾਰੀ ਚੀਜ਼ ਇੱਕ ਪਾਸੇ ਰੱਖ ਦਿੱਤੀ, ਤਾਂ ਵਿਸ਼ਵਾਸ ਕਰੋ ਉਸ ਦਿਨ ਅਸੀਂ ਗੁਰੂ ਨਾਨਕ ਦੇ ਸਿੱਖ ਕਹਿਲਾਉਣ ਦੇ, ਉਹਦੀ ਸਿੱਖਿਆ 'ਤੇ ਚੱਲਣ ਵਾਲੇ, ਉਹਦੇ ਸਿਧਾਂਤ 'ਤੇ ਚੱਲਣ ਵਾਲੇ ਸਿੱਖ ਅਖਵਾਉਣ ਦੇ ਹੱਕਦਾਰ ਬਣ ਜਾਵਾਂਗੇ। ਜਿਹੜੀ ਗੱਲ ਸਾਨੂੰ ਅੱਜ ਦੇ ਦਿਨ ਸਮਝਣੀ ਜ਼ਰੂਰੀ ਹੈ, ਗੁਰੂ ਨਾਨਕ ਨੇ ਆਖਿਆ ਕਹਿਣ ਲੱਗੇ ਉੜ ਧਰਤੀ ਉੜ ਪਾਣੀ ਆਸਣ ਚਾਰ ਕੁੰਡ ਚੌਬਾਰਾ ਹਰ ਦਿਸ਼ਾ ਉਹਦੇ ਅਧੀਨ ਹੈ। ਉਹ ਇੱਕੋ ਹੀ ਸਥਾਨ ਤੇ ਬੈਠਾ ਹੋਇਆ, ਚਾਰੋਂ ਦਿਸ਼ਾ ਵਿੱਚ ਨਿਗਾਹ ਰੱਖ ਰਿਹਾ ਕਿਉਂਕਿ ਚੌਬਾਰੇ ਵਿੱਚ ਬੈਠਾ ਹੈ। ਚੌਬਾਰੇ ਚਾਰੇ ਪਾਸੇ ਦਰਵਾਜ਼ੇ, ਹਰ ਪਾਸੇ ਉਹਦੀ ਨਿਗਾਹ ਹੈ। ਚਤੁਰ ਦਿਸ਼ਾ ਕਿਨੂੰ ਬਾਲਾ ਆਪਣਾ, ਹਰ ਪਾਸੇ ਤੋਂ ਉਹ ਆਪਣੇ ਹੁਕਮ ਨੂੰ ਚਲਾ ਰਿਹਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਐਸੇ ਚੁਬਾਰੇ ਵਿੱਚ ਉਹਦੀ ਰਿਹਾਇਸ਼ ਹੈ ਜਿੱਥੋਂ ਕੋਈ ਵੀ ਛੁਪਿਆ ਹੋਇਆ ਨਹੀਂ, ਉਹਦੇ ਓਹਲੇ ਵਿੱਚ ਨਹੀਂ, ਉਹਦੀ ਨਿਗਾਹ ਹਰ ਪਾਸੇ ਪਹੁੰਚਦੀ ਹੈ। ਗੁਰੂ ਕਹਿੰਦੇ ਨੇ ਆਸਨ ਚਾਰ ਕੁੰਡ ਚੁਬਾਰਾ ਸਗਲ ਭਵਨ ਕੀ ਮੂਰਤਿ ਏਕਾ ਹਰ ਭਵਨ ਦੇ ਉਹਦੀ ਮੂਰਤ ਵੱਖ ਵੱਖ ਨੇ। ਉਹ ਹਰ ਥਾਂ 'ਤੇ ਰਹਿੰਦਾ ਹੈ ਅਤੇ ਉਹਦੀ ਮੂਰਤ ਵੱਖ ਨਹੀਂ ਕਿ ਅਸੀਂ ਆਖੀਏ ਹਿੰਦੁਸਤਾਨ ਦੀ ਰੱਬ ਦੀ ਹੋਰ ਸ਼ਕਲ ਹੈ, ਇੰਗਲੈਂਡ ਦੇ ਰੱਬ ਦੀ, ਅਮਰੀਕਾ ਦੇ ਰੱਬ ਦੀ ਹੋਰ ਸ਼ਕਲ ਹੈ। ਸਾਨੂੰ ਪਛਾਣ ਵਿੱਚ ਆ ਜਾਏ ਕਿ ਆਹ ਰੱਬ ਤਾਂ ਇੱਥੋਂ ਦਾ ਹੈ, ਆਹ ਰੱਬ ਉੱਥੋਂ ਦਾ ਹੈ, ਕਿਉਂਕਿ ਉਹ ਇੱਕੋ ਹੈ ਅਤੇ ਹਰ ਥਾਂ 'ਤੇ ਇੱਕੋ ਹੈ। ਗੁਰੂ ਕਹਿੰਦੇ ਸਗਲ ਭਵਨ ਮੂਰਤਿ ਏਕਾ ਮੁਖ ਤੇਰੇ ਜੀਵ ਨੇ ਜਿਨ੍ਹਾਂ ਨੂੰ ਅਸੀਂ ਪਛਾਣ ਸਕਦੇ ਹਾਂ, ਵੇਖ ਕੇ ਹੀ ਪਛਾਣ ਲੈਂਦੇ ਹਾਂ ਆਹ ਮਨੁੱਖ ਜਿਹੜਾ ਇਹ ਅਬਸ਼ੀ ਹੈ, ਇਹ ਅਫਰੀਕਾ ਤੋਂ ਆਇਆ ਹੋਣਾ। ਕਿਉਂ? ਕਿਉਂਕਿ ਉਹ ਉਹਦੀ ਟਕਸਾਲ ਵਿੱਚ, ਉਹਨੇ ਵੱਖ ਵੱਖ ਜੀਵਾਂ ਨੂੰ ਆਪਣੀ ਟਕਸਾਲ ਵਿੱਚ ਘੜਿਆ ਹੈ। ਜੀ ਜੰਤ ਸਭ ਤੋਂ ਦੋ ਪਾਏ ਉਹਨੇ ਘੜਿਆ ਹੈ। ਉਹਦੀ ਘੜਤ ਇਹੋ ਜਿਹੀ ਹੈ ਵੀ ਕੋਈ ਨਾ ਕਿਸੇ ਹੀ ਜਿਹਾ ਉਹ ਪਾਇਆ, ਸਭ ਵੱਖ ਵੱਖ ਘੜੇ ਨੇ ਤਾਂ ਕਿ ਇਹਨਾਂ ਦੀ ਪਛਾਣ ਹੋ ਸਕੇ। ਪਰ ਉਹਨੇ
अपने आप दे उस एक रूप नूं भी वख वख रूप नहीं दिते, इसे लई ओ छुप के बैठा है। कहंदे ने इकत रूप भय पर छन्ना कोए ना किसी जे रूप ने। गुरबाणी अंदर भी सतगुरु ने क्यों ये गल आख दिती, कहन लगे जैसे जल ते बुदबुदा उपजै बिनसै नीत, जल दे विचो बुलबुला पैदा हुंदा है, पर पानी तो बिना तो नहीं ना पैदा हो सकता। जिथे पानी नहीं उथे बुलबुला किवें पैदा होएगा, तो जदों बुलबुला टुटेगा उदों भी पानी बनेगा, उंदी होंद ही पानी नाल है। पर किते भुलेखे विच रहि के बुलबुला ये ना आखन लग पवे मैं ही सागर हाँ मैं ही पानी हाँ, वो भलिया तू तो अगले पल फट जाएगा, पानी तो रहेगा, पानी नहीं खत्म होना, बुलबुले ने खत्म होना है। जैसे जलते बुद्ध बुदा उपजै बिनसै नीत, जग रचना तैसे रची है। ये सारी कुदरत की कैनात संसार जेड़ा है ब्रह्मांड जेड़ा है ये उस बुद्ध दे बुलबुले वांगू है। इसलिए गुरु तेग बहादुर पातशाह जी ने कहता जग रचना सब झूठ है, जान ले हो रे मीत, ये झूठ है। कि आखोगे रब भी झूठ है, उन्हें बारे तो असं रोज़ कहने आदि सच जुगाद सच है भी सच नानक उसी भी सच है, वो सच है वो झूठ है, दोवें का मेल किवें। कहने लगे इन्ना ही फर्क है जिवें सागर में बूंद बूंद में सागर, कौन बुझे विधि जाने। ये ठीक है बहुत सारिया बूंदा जड़िया ने वो सागर विच मौजूद ने, पर बूंदा अपने आप विच सागर नहीं, क्योंकि बूंद तो वक्री हो सुक जाएगी, सागर ने तो सुकना नहीं। जेड़ा सदीवी है अविनाशी राया है हमेशा रहने वाला है वह सागर है, बूंद सागर नहीं। हाँ इन्ना है कि जे वो चाहे अपना आप खत्म करके मिटा के अपनी होंद खत्म करके सागर विच समा जाए फिर उन्हों लोग सागर आख देंगे, पर उन्नी देरी जनी देर तक वो अपनी होंद मिटा के विच शामिल हुई है। जे वो अपनी होंद वक्री करके आखे भी मैनू भी लोग सागर ही आखन तो किसी ने बूंद नू सागर नहीं कहना, हो ही नहीं सकता। किसी बुलबुले नू किसी ने सागर नहीं कहना, पैदा होना है। किसी तरंग नू किसी भी संसार की लहर नू वो लहरां नू किसी ने सागर नहीं कहना, वह उठदियां ने खत्म होंदियां ने उठदियां ने, वह सागर विचों पैदा हुई ने, मुबारक ने चंगियां लगदियां ने। गुरबाणी का एक शब्द बड़ा खूबसूरत आया है, सतगुरु कहिंदे ने हे मेरे मालिक अजीब गल यह है कि जदों मैं तेरी कश्मे जदों तेरे रचना नूं देखना तो मैं भी भुल जाना भी आह तो बड़ी खूबसूरत है।
जिमें बुलबुला भुल जाए कि मैं भी मरना मैं तो टुट जाना है। जिनी देर बुलबुला पैदा होंगे उन्नी देर तो पानी नाल उत्ते होंगे ना, खूबसूरत भी होंगे। तो जे बुलबुला एक गल ही भुल जाए कि मैं टुटना है, वो आखे ले मैं तो सागर नालों ज़्यादा खूबसूरत हाँ, वो मेरे मुकाबले की है, तो भुलेखा ही होएगा ना। कह लगे बस यो गल है, जो मनुख कुदरत इस संसार नू देखता है तो अपने आप नू इस कुदरत दा इस संसार दा हिस्सा समझता है, वह वेख के वो अपनी मौत भी भुल जाता उस बुलबुले वांगू। गुरु कम कहता याद कराउंदा है, गुरु याद कराउंदा, वो कहता जग रचना सब झूठ है, ज्यों ज्यों जान ले हो रे मीत कहो नानक थिर ना रहे, जो बालू की भीत क्यों, क्योंकि जैसे जलते बुदबुदा उपजे बिनसै नीत, जग रचना तैसे रचे। सानू रब दी जोत अंदर होन करके ओ सुख ते ओ स्वाद ओ खुशी ते ओ सुंदरता माननी साडा हक है उस बुलबुले वांगू, पर रब बन जाना ते ए समझना मैं रब नू नहीं मैं अपने आप नू समझना ये भुलेखा है। असी रब नहीं उन्दे हुक्म विच रहन वाली एक बुलबुले एक अंश एक लहर हाँ, जिहड़ियां साडे वर्गियां कई लहर कई बुलबुले पैदा होए मिटदे गए पैदा होंदे गए मिटदे गए, पर पानी खत्म नहीं होया, पानी सता रह गई। सो गुरु बख्शिश करे, गुरु नानक ने सिख नू ऐसे उपदेश राही एक रब नाल जोड़िया है, उनकी होंद नू इहदे हिरदे विच बिठाया है, जिहड़ी अज दी सानू गुरु नानक पातशाह जी दे पुरब दे संबंध विच भी इकट्ठे होया लोड़ है। क्योंकि अज दे युग अंदर मैं जदों देखना वैबसाइटां ते भी ते इहो जिहा बच्चियां विच नौजवान विच इहो जिहा सपिरिट इहो जिही विचार भरी जा रही है कि रब तो मुनकर हो रहे ने नास्तक हो रहे ने। हैरान होया पिछले दिनां च किसे वीर ने नौजवान ने एक नहीं अनेकां पैदा हो गए ने, हुण तां बहुत पैदा हो गए, इत्थों तक लफज वरत दिते कि मैं पुजारी दे रब नूं तां मैं अपने पैर दी जुत्ती दे नोक ते नहीं लिखदा, रब लफज लिख के भलिया तूं रब नूं जाणदा ही नहीं, रब नूं देखिया ही नहीं, ना मैं देखिया ना तूं, जिन्हें देखिया उस गुरु नानक कोलों पुछ, उस गुरु नानक कोलों पुछ ताकि तैनूं पता लग जाए रब की है। ओ आख रहा है ओ अविनाशी राया निर्भव संग तुम्हारे बसते डरन कहां ते आया, गुरु कृपा करे रब प्रति साढ़े मना अंदर चेतनता जागे, असी नास्तिकता दे रस्ते ना पाईए, गुरु नाल रब नाल जुड़े रहिए। इन्हें शब्दों नाल खिमांदा जा चुका, फतेह बुलाओ वाहिगुरु जी का खालसा वाहिगुरु जी की फतेह।